ਆਸਟ੍ਰੇਲੀਆ ਵਿੱਚ ਇੱਕ ਸਾਬਕਾ ਭਾਰਤੀ ਹਾਈ ਕਮਿਸ਼ਨਰ ਨੂੰ ਇੱਕ ਔਰਤ ਨੂੰ ਲਗਭਗ 1 ਲੱਖ ਡਾਲਰ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ ਜੋ ਪਹਿਲਾਂ ਉਸ ਦੇ ਘਰ ਦੇ ਵਿੱਚ ਕੰਮ ਕਰਦੀ ਸੀ ਜਿਸ ਨੂੰ ਫੈਡਰਲ ਕੋਰਟ ਨੇ ਸਲੇਵ ਲਾਈਕ ਕੰਡੀਸ਼ਨ ਯਾਨੀ ਕਿ ਗੁਲਾਮ ਵਰਗੀ ਸਥਿਤੀ ਕਿਹਾ ਹੈ। ਅਦਾਲਤ ਨੇ ਮਹਿਲਾ ਮੁਲਾਜ਼ਮ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਨਵਦੀਪ ਸਿੰਘ ਸੂਰੀ ਨੂੰ ਉਸ ਦੀ ਮਹਿਲਾ ਸਟਾਫ ਨੂੰ 74 ਲੱਖ ਰੁਪਇਆ ਦੇਣ ਦਾ ਹੁਕਮ ਦਿੱਤਾ ਸੀ। ਹੁਣ ਇਹ ਨਿਰਣਾ ਆਸਟ੍ਰੇਲੀਆ ਦੇ ਫੇਅਰ ਵਰਕ ਐਕਟ ਦੀ ਉਲੰਘਣਾ ਕਰਨ ਦੇ ਜੁਰਮਾਨੇ ਵਜੋਂ ਦਿੱਤਾ ਗਿਆ ਹੈ। ਦਰਅਸਲ ਸੂਰੀ ਦੇ ਘਰ ਕੰਮ ਕਰਨ ਵਾਲੀ ਇਸ ਮਹਿਲਾ ਦਾ ਨਾਮ ਸੀਮਾ ਸ਼ੇਰਗਿੱਲ ਹੈ। ਸ਼ੇਰਗਿੱਲ ਨੇ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸਿੰਘ ਸੂਰੀ ਤੇ ਗਲਤ ਹਾਲਾਤ ਵਿੱਚ ਕੰਮ ਕਰਨ ਅਤੇ ਤਨਖਾਹ ਨਾ ਦੇਣ ਦਾ ਦੋਸ਼ ਲਗਾਇਆ ਸੀ। ਸ਼ੇਰਗਿੱਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸਨੇ ਸੂਰੀ ਦੇ ਘਰ ਕਰੀਬ 1 ਸਾਲ ਕੰਮ ਕੀਤਾ ਸੀ ਜਿਸ ਦਾ ਉਸ ਨੂੰ ਭੁਗਤਾਨ ਨਹੀਂ ਕੀਤਾ ਗਿਆ। ਮਾਮਲੇ ਦੀ ਸੁਣਾਈ ਦੌਰਾਨ ਜਸਟਿਸ ਐਲਿਜ਼ਾਬੈਥ ਰੈਪਰ ਨੇ ਸੂਰੀ ਨੂੰ 60 ਦਿਨਾਂ ਦੇ ਅੰਦਰ ਆਪਣੀ ਸਾਬਕਾ ਮਹਿਲਾ ਘਰੇਲੂ ਕਰਮਚਾਰੀ ਨੂੰ ਮੁਆਵਜ਼ੇ ਵਜੋਂ ਵਿਆਜ ਸਮੇਤ 1,36,000 ਡਾਲਰ ਦੇਣ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ ਹੀ ਭਾਰਤ ਵਿੱਚ ਲੋਕ ਅਦਾਲਤ ਨੇ ਇਸ ਫੈਸਲੇ ਨੂੰ ਸੂਰੀ ਦੇ ਖਿਲਾਫ ਇੱਕ ਪਾਸੜ ਵੀ ਕਰਾਰ ਦਿੱਤਾ ਸੀ। ਦੱਸ ਦਈਏ ਕਿ ਸ਼ੇਰਗਿੱਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਹਫ਼ਤੇ ਦੇ 7 ਦਿਨ ਸੂਰੀ ਦੇ ਘਰ ਵਿੱਚ ਹਰ ਰੋਜ਼ 17.5 ਘੰਟੇ ਕੰਮ ਕਰਦੀ ਸੀ। ਇੱਕ ਰਿਪੋਰਟ ਮੁਤਾਬਕ ਸ਼ੇਰਗਿੱਲ ਅਪ੍ਰੈਲ 2015 ਵਿੱਚ ਆਸਟ੍ਰੇਲੀਆ ਗਈ ਸੀ ਅਤੇ ਕੈਨਬਰਾ ਦੇ ਵਿੱਚ ਸੂਰੀ ਦੇ ਘਰ 1 ਸਾਲ ਤੋਂ ਕੰਮ ਕਰਦੀ ਰਹੀ। ਸੂਰੀ ਦੇ ਘਰ 13 ਮਹੀਨੇ ਕੰਮ ਕਰਨ ਤੋਂ ਬਾਅਦ ਸੀਮਾ ਨੂੰ ਸਿਰਫ 3400 ਆਸਟ੍ਰੇਲੀਅਨ ਡਾਲਰ ਮਿਲੇ ਸਨ। ਉਹ ਘਰ ਦੀ ਸਫਾਈ ਕਰਦੀ ਸੀ, ਖਾਣਾ ਵੀ ਬਣਾਉਂਦੀ ਸੀ, ਬਾਗ ਦੀ ਸਫਾਈ ਵੀ ਕਰਦੀ ਸੀ ਅਤੇ ਕੁੱਤੇ ਨੂੰ ਸੈਰ ਵੀ ਕਰਵਾਉਂਦੀ ਸੀ। 8 ਬੈਡਰੂਮ ਵਾਲੇ ਘਰ ਦੇ ਰੱਖ ਰਖਾਅ ਦੀ ਸਾਰੀ ਜ਼ਿੰਮੇਵਾਰੀ ਸੀਮਾ ਦੇ ਮੋਢਿਆਂ ਤੇ ਹੀ ਸੀ। ਇਹ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੀਮਾ ਦਾ ਪਾਸਪੋਰਟ ਵੀ ਸੂਰੀ ਪਰਿਵਾਰ ਨੇ ਖੋ ਲਿਆ ਸੀ ਅਤੇ ਉਹ ਹਫ਼ਤੇ ਦੇ 7 ਦਿਨ ਉਹਨਾਂ ਦੇ ਘਰ ਕੰਮ ਕਰਦੀ ਸੀ। ਉਸ ਨੂੰ ਕਦੇ ਵੀ ਛੁੱਟੀ ਨਹੀਂ ਮਿਲਦੀ ਸੀ। ਉਸ ਨੂੰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਉਦੋਂ ਦਿੱਤੀ ਜਾਂਦੀ ਸੀ ਜਦੋਂ ਉਸਨੇ ਕੁੱਤੇ ਨੂੰ ਸੈਰ ਕਰਾਉਣ ਲਈ ਲੈ ਕੇ ਜਾਣਾ ਹੁੰਦਾ ਸੀ। ਦਰਅਸਲ ਸ਼ੇਰਗਿੱਲ ਨੂੰ ਅਧਿਕਾਰਤ ਪਾਸਪੋਰਟ ਜਾਰੀ ਕੀਤਾ ਗਿਆ ਸੀ ਅਤੇ 2016 ਵਿੱਚ ਉਸਨੂੰ ਭਾਰਤ ਵਾਪਸ ਆਉਣ ਲਈ ਕਿਹਾ ਗਿਆ ਸੀ, ਪਰ ਉਸਨੇ ਅਜਿਹਾ ਨਹੀਂ ਕੀਤਾ। ਸ਼ੇਰਗਿੱਲ ਨੇ 2021 ਵਿੱਚ ਆਸਟ੍ਰੇਲੀਆ ਦੀ ਨਾਗਰਿਕਤਾ ਲੈ ਲਈ ਸੀ। ਜਸਟਿਸ ਐਲਿਜ਼ਾਬੈਥ ਰੈਪਰ ਨੇ ਨੋਟ ਕੀਤਾ ਹੈ ਕਿ ਡਿਪਲੋਮੈਟ ਮਾਲਕਾਂ ਨੂੰ ਵਿਦੇਸ਼ੀ ਨਾਗਰਿਕਾਂ ਦਾ ਸ਼ੋਸ਼ਣ ਕਰਨ ਤੋਂ ਰੋਕਣ ਲਈ ਇਹ ਜੁਰਮਾਨਾ ਜ਼ਰੂਰੀ ਸੀ ਅਤੇ ਉਹਨਾਂ ਨੇ ਨਾਲ ਹੀ ਕਿਹਾ ਹੈ ਕਿ ਸ਼ੋਸ਼ਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਆਸਟ੍ਰੇਲੀਆ ਦੀ ਅਦਾਲਤ ਦੇ ਫੈਸਲੇ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਬਿਊਰੋ ਰਿਪੋਰਟ, ਐਨਜੈਡ, ਪੰਜਾਬੀ ਨਿਊਜ਼।